ਜੇਕਰ ਤੁਹਾਡੇ ਚੋਂ ਵੀ ਕਿਸੇ ਨੂੰ ਕਰਫਿਊ ਦੇ ਦੌਰਾਨ ਬਾਹਰ ਘੁੰਮਣ ਦਾ ਚਾਅ ਹੈ ਤਾਂ ਉਹ ਪੁਲਿਸ ਪ੍ਰਸ਼ਾਸਨ ਦੇ ਹੱਥ ਚੜ ਗਿਆ ਤਾਂ ਉਸਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ। ਜੀ ਹੁਣ ਪ੍ਰਸ਼ਾਸਨ ਦੇ ਵੱਲੋਂ ਓਪਨ ਜੇਲ੍ਹਾਂ ਬਣਾਈਆਂ ਜਾ ਚੁੱਕੀਆਂ ਨੇ ਅਤੇ ਬਠਿੰਡਾ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਓਪਨ ਜੇਲ੍ਹ ਬਣਾਈ ਜਾ ਚੁੱਕੀ ਹੈ, ਜਿਸ ਦੇ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲੇ ਰੱਖੇ ਜਾਣਗੇ। ਅਤੇ ਨਾਲ ਹੀ DSP ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਸ਼ਹਿਰ ਦੀਆਂ ਡਬਲ ਸੜਕਾਂ ਨੂੰ ਵਨ ਵੇ ਕਰਕੇ ਸਿੰਗਲ ਆਵਾਜਾਈ ਕੀਤੀ ਗਈ ਹੈ, ਕਿਉਂਕਿ ਕਰਫਿਊ ਦੇ ਦੌਰਾਨ ਕਈ ਲੋਕ ਫਾਲਤੂ 'ਚ ਘੁੰਮਦੇ ਨਜ਼ਰ ਆਉਂਦੇ ਨੇ ਅਤੇ ਉਹਨਾਂ ਨੂੰ ਹੁਣ ਨੱਥ ਪਾਈ ਜਾਵੇਗੀ। ਕੋਵਿਡ 19 ਕਰੋਨਾ ਵਾਇਰਸ ਨੂੰ ਰੋਕਣ ਵਾਸਤੇ 144 CRPC ਦੀ ਜਿਹੜੀ ਸੈਕਸ਼ਨ ਉਹ ਲਾਗੂ ਕੀਤੀ ਗਈ ਮਾਨਯੋਗ DC ਬਠਿੰਡਾ ਵੱਲੋਂ, ਅਤੇ ਉਸ ਨੂੰ ਸਖਤੀ ਨਾਲ ਲਾਗੂ ਕਰਨ ਵਾਸਤੇ ਹੋਰ ਇਫੈਕਟਿਵ ਬਣਾਉਣ ਵਾਸਤੇ ਅੱਜ ਜਿਹੜਾ ਹੈਗਾ ਜਿੰਨੀਆਂ ਹੈਗੀਆਂ ਰੋਡਸ ਡਬਲ ਰੋਡ ਸੀਗੀਆਂ ਇਹਨਾਂ ਨੂੰ ਸਿੰਗਲ ਕਰ ਦਿੱਤਾ ਗਿਆ, ਜਿਵੇਂ ਮਾਲ ਰੋਡ ਸਾਰੀ ਜਿਹੜੀ ਹੈਗੀ ਇਹਦਾ ਵਨ ਵੇ ਬੰਦ ਕਰ ਦਿੱਤਾ ਅਤੇ ਵਨ ਵੇ ਚੱਲੇਗਾ ਇਹਦਾ। ਇਸ ਤਰ੍ਹਾਂ ਅਮਰੀਕ ਸਿੰਘ ਰੋਡ ਹੈ, ਸਟੇਸ਼ਨ ਤੋਂ ਆਉਣ ਵਾਲੀ ਸਦਭਾਵਨਾ ਚੌਂਕ ਹੈ, ਇਹਨਾਂ ਨੂੰ ਬਿਲਕੁਲ ਲੌਕ ਕਰ ਦਿੱਤਾ ਗਿਆ। ਇੱਥੇ ਆਉਣ ਵਾਲਾ ਬੰਦਾ ਜਿਹੜਾ ਹੈਗਾ ਉਹਦੇ ਵਾਸਤੇ ਜੇ ਉਹ ਕਰਫਿਊ ਵਾਇਲੇਟ ਕਰਕੇ ਆਉਂਦਾ ਉਹਦੇ ਵਾਸਤੇ ਇੱਕ ਟੈਂਪਰੇਰੀ ਜੇਲ੍ਹ ਵੀ ਜਿਹੜੀ ਹੈਗੀ ਆ ਉਹ ਬਣਾ ਦਿੱਤੀ ਹੈ SST ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਗੋਲਡੀ ਜੀ ਦੇ। ਇਸ ਕਰਕੇ ਲੋਕਾਂ ਨੂੰ ਅਪੀਲ ਹੈ ਵੀ ਬਿਲਕੁਲ ਆਪਦਾ ਬਚਾਅ ਰੱਖੋ, ਘਰਾਂ ਵਿੱਚ ਆਪਣੇ ਆਪ ਲੌਕ ਕਰਕੇ ਰੱਖੋ ਆਪਣੇ ਆਪ ਨੂੰ, ਅਦਰਵਾਈਜ਼ ਜਿਹੜੀ ਹੈਗੀ ਆ ਉਹ ਸਟ੍ਰਿਕਟ ਐਕਸ਼ਨ ਪਹਿਲੇ ਵੀ ਹੈ ਅਤੇ ਹੁਣ ਇਸ ਤੋਂ ਵੱਧ ਇਫੈਕਟਿਵ ਜਿਹੜਾ ਕਰਫਿਊ ਉਹ ਲਾਗੂ ਕੀਤਾ ਜਾਵੇ। ਸਰ ਜੇਲ੍ਹ ਬਣਾਉਣ ਦੀ ਕਿਉਂ ਲੋੜ ਪਈ? ਪਹਿਲਾਂ ਤਾਂ ਮਾਮੂਲੀ ਪਰਚੇ ਦਰਜ ਵੀ ਕੀਤੇ ਜਾਂਦੇ ਸੀਗੇ। ਇਸ ਤਰ੍ਹਾਂ ਹੈਗਾ ਕਈ ਬੰਦੇ ਕਰਫਿਊ ਜਿਹੜੇ ਇਨੋਸੈਂਟ ਹੁੰਦੇ ਆ ਇਹਨਾਂ ਨੂੰ ਇਹਦੀ ਗ੍ਰੈਵਿਟੀ ਨਹੀਂ ਪਤਾ, ਉਹ ਵਾਇਲੇਟ ਕਰ ਜਾਂਦੇ, ਫਿਰ ਉਹਨਾਂ ਨੂੰ ਸੁਬਹਾ ਤੋਂ ਸ਼ਾਮ ਤੱਕ ਇੱਥੇ ਨਜ਼ਰਬੰਦ ਰੱਖਿਆ ਜਾਏਗਾ। ਕਿਹੜੀ ਤਰ੍ਹਾਂ ਦੇ ਮਾਮਲੇ ਦਰਜ ਕੀਤੇ ਨੇ? 144 CRPC ਪਹਿਲੇ ਲਾਗੂ ਹੀ ਹੈ, ਹੁਣ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਐਕਟ ਜਿਹੜਾ ਹੈਗਾ ਉਹਦੇ ਤਹਿਤ ਵੀ 51 ਸੈਕਸ਼ਨ ਹੈਗੀ ਆ ਉਹ ਵੀ ਇਹਦੇ ਵਿੱਚ ਐਡ ਕੀਤੀ ਜਾਏਗਾ। ਬਠਿੰਡਾ ਤੋਂ ਦ ਸਟੇਟ ਨਿਊਜ਼ ਦੇ ਲਈ ਅਵਤਾਰ ਸਿੰਘ ਕੈਂਤੀ ਰਿਪੋਰਟ।